ਪਹਿਲੀਆਂ ਮਾਈਆਂ ਸਵੈਟਰ ਆਉਂਦੀਆਂ ਸੀ ਬੋਲੋ, ਤੇ ਹੁਣ ਦੀਆਂ ਬੀਬੀਆਂ ਕੋਲ ਬਹਾ ਕੇ ਬੱਚੇ ਤੇ ਫੇਸਬੁੱਕ ਚਲਾਉਂਦੀਆਂ, ਬਾਲ ਦੁੱਧ ਵਾਲੀ ਹਾਂਡੀ ਚ ਹੱਥ ਪਾ ਲੈਂਦਾ, ਹੈ ਮੈਂ ਮਰ ਗਈ ਤੇ ਮੈਂ ਮਰਨਾ ਨੀ, ਮੈਂ ਪਹਿਲੋਂ ਫੇਸਬੁੱਕ ਧੱਟ ਚਲਾਉਂਦੀ ਬਾਲ ਨੂੰ। ਹੁਣ ਤੇ ਭਾਈ ਮੋਟਰ ਸੜ ਜਾਣਾ ਤੇ ਬੰਦਾ ਚਾਚੀ ਵੱਲੋਂ ਪਾਣੀ ਭਰਨ ਜਾਏ ਤੇ ਦੂਜੀ ਵਾਰ ਬਟਨ ਸੁੱਟੀ ਜਾਣਾ, ਚਾਚੀ ਲੱਗ ਪੈਂਦੀ ਇਹ ਸਾਡਾ ਵੀ ਹੁਣ ਪੰਪ ਸਾੜ ਕੇ ਸਾਲ ਆ ਜੇ। ਬੱਚੇ ਦੀ ਧੀ ਤੇ ਕਜ਼ਨ, ਹੁਣ ਕੋਈ ਸਹੇਲੀ ਹੈ ਤੇ ਕਜ਼ਨ, ਸਹੇਲਾ ਹੈ ਤੇ ਕਜ਼ਨ, ਉਹ ਬੋਲੋ ਤੇ ਸਹੀ ਹੈ। ਇਹ ਕਜ਼ਨ ਕਜ਼ਨ ਚੱਲ ਪਿਆ, ਉਦੋਂ ਕਜ਼ਨ ਸਿਆਪਾ ਨਹੀਂ ਸੀ, ਅੰਟੀ ਅੰਕਲ ਪਾਪਾ ਨਹੀਂ ਸੀ। ਬਾਬਾ ਤੈਨੂੰ ਕਦੀ ਪਾਪਾ ਕਿਹਾ ਸੀ ਕਿਸੇ? ਬਟ ਤੇਰੀ ਆਵਾਜ਼ ਮੇਰੇ ਤੱਕ ਆਵੇ, ਬਾਟਾਂ ਬੱਟਾਂ ਦੀ ਆਵਾਜ਼ ਬੜੀ ਹੁੰਦੀ, ਲੜਨ ਨੂੰ ਵੀ ਸ਼ੇਰ ਹੁੰਦੇ ਨੇ ਤੇ ਬੋਲਣ ਨੂੰ ਵੀ ਸ਼ੇਰ। ਹੁਣ ਮੈਨੂੰ ਆਵਾਜ਼ ਆਉਣੀ ਚਾਹੀਦੀ ਆ, ਜਿੰਨੇ ਮੁੰਡੇ ਖੜੇ ਨੇ ਇੱਥੋਂ ਤੱਕ ਠੱਕ ਕਰਕੇ ਆਵਾਜ਼ ਵੱਜੇ ਜਿਵੇਂ ਜੱਜ ਨਵਾਜ਼ ਸ਼ਰੀਫ ਨੂੰ ਵੱਜੇ। ਤੇ ਬੇਗਮ ਅੱਧੀ ਰਾਤ ਤੱਕ ਨਾ ਜਾਨੂ ਐਕਸਕਿਊਜ਼ ਮੀ ਮੁਝੇ ਪਾਈਨਐਪਲ ਕਾ ਜੂਸ ਲਾ, ਇੱਥੋਂ ਨਾ ਲੱਭੇ ਜਾਣਗੇ ਸ਼ੇਖੂਪੁਰੇ, ਉਹ ਬੋਲੋ ਤੇ ਸਹੀ, ਉੱਥੋਂ ਨਾ ਲੱਭੇ ਪਰ ਲਾਹੌਰ ਤੁਰ ਜਾਣ, ਅਗਲੀ ਨੇ ਵੜਨ ਨਹੀਂ ਦੇਣਾ ਕਾ। ਤੇ ਮਾਂ ਮਰੀ ਜਾਂਦੇ ਨੇ ਮੇਰੀ ਮੋਟ, ਅੱਗੇ ਬਾਪ ਘਰ ਆਉਣਾ ਧੀਆਂ ਸਿਰ ਕੱਜਣੇ ਦੁਪੱਟੇ ਲੈਣੇ, ਹੁਣ ਬਾਪ ਨਾਲ ਬਹਿ ਕੇ ਨਾਲੇ ਟੀ ਵੀ ਵੇਂਦਾ ਨਾਲੇ ਸਿਗਰਟ ਪੀਂਦਾ, ਐਦਰਾ ਚੈਨਲ ਬਦਲੀ, ਐਦਰਾ ਚੈਨਲ ਬਦਲੀ। ਹੁਣ ਤੇ ਭਾਈ ਇੱਥੋਂ ਜੁਮਾ ਪੜ੍ਹ ਕੇ ਨਿਕਲੀਏ ਨਾ, ਜੁਮਾ ਪੜ੍ਹ ਕੇ ਨਿਕਲੀਏ, ਇੱਥੋਂ ਤੇ ਬਜ਼ਾਰ ਦਾ ਨੋਟ ਪਿਆ ਹੋਵੇ ਨਾ ਉੱਤੇ ਪੈਰ ਰੱਖ ਲੈਂਦੇ, ਤੈਨੂੰ ਕੀ ਹੋਇਆ? ਮੇਰਾ ਪੈਰ ਸੌਂ ਗਿਆ, ਇਹ ਨਹੀਂ ਪਤਾ ਇਮਾਨ ਸੌਂ ਗਿਆ। ਬਿਜਲੀ ਡਾਇਰੈਕਟ ਨਾ ਬਾਲੋ, ਮੈਂ ਚੋਰੀ ਨਾ ਕਰੋ, ਮੋਬਾਈਲ ਨਾ ਚੋਰੀ ਕਰੋ, ਚਾਰਜ ਨਾ ਚੋਰੀ ਕਰੋ, ਠੱਗੀ ਨਾ ਮਾਰੋ। ਇੱਕ ਬਾਬਾ ਦਾ ਮੇਰੀ ਵੀ ਸੁਣੇਗਾ, ਮੈਂ ਕਹੀ ਨੇ ਘੰਟੇ ਮੈਨੂੰ ਸੁਣਿਆ ਹੀ ਤੇ ਮੈਂ ਵੀ ਸੁਣ ਲੈਣਾ। ਕਹਿੰਦਾ ਜਿੱਥੇ ਬੋਲ ਰਿਹਾ ਮਸੀਤ ਦੀ ਵੀ ਡਾਇਰੈਕਟ ਹੀ ਲੱਗੀ, ਤੇ ਵੱਡਾ ਭਰਾ ਖਲੋਤਾ ਹੋਣਾ ਤੇ ਮੁੰਡਿਆਂ ਲੁਕ ਜਾਣਾ, ਮੇਰਾ ਵੱਡਾ ਭਰਾ ਆ ਗਿਆ ਤੇ ਹੁਣ ਵੱਡੇ ਨੂੰ ਆਉਂਦੇ ਨੇ ਐ ਮੈਨੂੰ ਮੁੱਛ ਆ ਗਈ, ਹੁਣ ਮੈਨੂੰ ਕੁਛ ਨਾ ਆਖੀ। ਹੁਣ ਤੇ ਅੱਗੋਂ ਸਿੱਧੇ ਹੁੰਦੇ, ਪਹਿਲਾਂ ਕੌਣ ਭਰਾ ਆਖੇ ਨਾ ਇੰਜ ਕਰਨ, ਡੋਂਟ ਟੱਚ ਮੀ ਲਾਈਫ, ਤੇ ਮੁੰਡੇ ਦੀ ਮੰਗਣੀ ਹੋ ਜਾਣੀ ਗਲੀ ਚ, ਤੂੰ ਉਹ ਗਲੀ ਨਾ ਲੰਘਣਾ ਕਿ ਮੇਰੀ ਮੰਗੇਤਰ ਦੀ ਮੰਗਣੀ, ਇੱਥੇ ਮੇਰੀ ਮੰਗੇਤਰ ਤੇ ਮੈਂ ਨਹੀਂ ਲੰਘਣਾ। ਤੇ ਹੁਣ ਜਿੰਨਾ ਚਿਰ ਬੈਟਰੀ ਮੁੱਕਣੀ ਨਹੀਂ, ਜਾਨ ਛੁੱਟਣੀ ਨਹੀਂ, ਹੁਣ ਤੇ ਅਗਲਿਆ ਪਾਵਰ ਬੈਂਕ ਰੱਖ ਲੈ। ਬੇਟਾ ਤਵੱਜੋ, ਬਿਲੂ ਕੱਪੜੇ ਇੱਧਰ ਵੇਖ, ਧਿਆਨ ਕਰ, ਛੋੜ ਮੋਬਾਈਲ, ਤੂੰ ਕੀ ਇਹਦੇ ਚੋਂ ਕੱਢਣਾ ਵਾ? ਵੇਖੋ ਨਾ ਬਜ਼ੁਰਗ ਹਲਾਨ ਜਲਸੇ ਚ ਮੈਂ ਟਿਚ 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 ਲੱਗੇ ਹੀ ਰਹਿੰਦੇ ਨੇ। ਅੱਲਾ, ਉਹਨੂੰ ਤੂੰ ਕਹਿ ਦੇ ਜਾਨੂ ਆਈ ਆ ਮਸਜਿਦ। ਅਗਲੇ ਦਿਨ ਇੱਕ ਕਮਤਰਾ ਮੈਨੂੰ 500 ਦਾ ਜੇਲੀ ਤਕਰੀਰ ਚ ਦੇ ਗਿਆ, ਆ ਵੇਖੋ ਕੁਹਾਲ, ਆ ਵੇਖੋ। ਤੇ ਇੱਥੇ ਕੁਰਬਾਨੀ ਕਰਨਗੇ, ਇੱਕ ਲੱਤ ਘੱਲ ਦੋ ਸੱਸ ਨੂੰ, ਇੱਕ ਕੁੜਮਾ ਨੂੰ, ਇੱਕ ਸਾਂਡੂ ਨੂੰ, ਇੱਕ ਬੇਲੀ ਨੂੰ, ਤੇ ਪਸਲੀਆਂ ਚਰਬੀ, ਚਰਬੀ ਵੀ ਰਲਾ ਦੋ ਵਿੱਚ, ਕੋਈ ਗੱਲ ਨਹੀਂ, ਚਰਬੀ ਵੀ ਕੁਰਬਾਨੀ ਦੀ ਸਵਾਬ, ਤੇ ਤੇਰੀ ਸੱਸ ਨੂੰ ਚਰਬੀ ਨਹੀਂ ਲੰਘਦੀ। ਤਵੱਜੋ ਮੇਰੇ ਵੱਲ, ਜਵਾਈਆਂ ਦੀ ਇੱਜ਼ਤ ਕਰਿਆ ਕਰੋ, ਜਿਹੜਾ ਪਹਿਲੇ ਦਿਨ ਖਾਣਾ ਖਵਾਉਂਦੇ ਜੇ ਨਾ, ਮਰਨ ਤੱਕ ਕੋਈ ਖਵਾਇਆ ਕਰੋ। ਇਹ ਜਿਵੇਂ ਜਿਵੇਂ ਜਵਾਈ ਮਾੜਾ ਪੁਰਾਣਾ ਹੁੰਦਾ ਜਾਏ ਨਾ, ਫਿਰ ਗੋਭੀ ਤੇ ਗੱਲ ਆਈ, ਸਾਡਾ ਜਵਾਈ ਤੇ ਬੜਾ ਚੰਗਾ ਗੋਭੀ ਖਾ ਲੈਂਦਾ ਵਾ, ਸਾਡਾ ਜਵਾਈ ਤੇ ਚੰਗਾ ਤੇ ਆਪੇ ਹੀ ਹੋਣਾ। ਆਪਣੀਆਂ ਧੀਆਂ ਤੇ 7 ਗਲਤੀਆਂ ਕਰਨ ਤੇ ਮਾਵਾਂ ਦੀਆਂ ਨਹੀਂ, ਇਹ ਮੇਰੀਆਂ ਧੀਆਂ ਬੱਚੀਆਂ, ਇਹ ਫੀਟਰ ਪੀਂਦੀਆਂ ਨੇ, ਤੇ 9 ਇੱਕ ਕਰ ਲੈ ਤੇ ਸਾਰੇ ਕਲਾਸ ਕੇ ਤੇ ਸਾਰੇ ਘਈਏ ਵਾਲੇ ਚ ਦੱਸਣਾ। ਤੇ ਸਾਡੇ ਹੁਣ ਕੈਮ ਟੂ ਕੈਮ ਚੈਟ ਕਰਦੇ ਨੇ, ਜਾਨੂ ਪਲੀਜ਼ ਕੈਮ ਭਿਆਨ, ਇਹ ਜਨਾਬ ਮੋਬਾਈਲਾਂ ਤੇ ਕੈਮ ਕੈਮ ਦੇ ਨਾਲ ਗੱਲਾਂ ਕਰਦੇ। ਉਧਰ ਉਹਦਾ ਬੂਥਾ ਨਜ਼ਰ ਆ ਰਿਹਾ ਹੁੰਦਾ ਬਾਂਦਰੀ ਦਾ, ਉਧਰ ਇਹ ਬਾਂਦਰ ਵੀ ਲਾਲ ਸ਼ਰਟ, ਮੋਬਾਈਲ ਨੂੰ ਛੱਡ ਇਧਰ, ਧਿਆਨ ਕਰ, ਤੇਰੀ ਕਲਾਸ ਲਵਾਂਗਾ। ਤਵੱਜੋ ਮੇਰੇ ਵੱਲ, ਅੱਲਾ ਜਾਣਦਾ ਵੇ ਇੰਨਾ ਮਜਮਾ ਕਮਲੀ ਵਾਲੇ ਦੇ, ਖੁਦਾ ਦਾ ਵਾਸਤਾ ਜਦੋਂ ਜਲਸੇ ਚ ਆਇਆ ਕਰੋ, ਉਦੋਂ ਮੈਸੇਜ ਕਰ ਦਿਆ ਕਰੋ, ਜਾਨੂੰ ਆਈ ਹੈ ਮਸਜਿਦ। ਹੁਣ ਤੇ ਐਡੇ ਅੰਤਰੇ ਨੇ ਲੋਕ, ਕਈਆਂ ਮੁੰਡਿਆਂ ਮੋਟਰਸਾਈਕਲਾਂ ਦੀਆਂ ਲਾਈਟਾਂ ਮਗਰ ਲਿਖਿਆ ਹੁੰਦਾ, ਜਾਨੂੰ ਤੇਰੇ ਮਗਰ ਰੋਲ ਤੇ ਗਏ, ਬਰਚਸ ਬੜੀ ਆਈ ਹੈ, ਡੁੱਬ ਕੇ ਮਰਨ ਦਾ ਮਕਾਨ ਹੀ ਹੈ।